इंकलाब जिंदाबाद, इंकलाब जिंदाबाद, शहीद आजम करतार सिंह सरबा थोड़ी सोच ते पैरां दे अगे ठोके, गदरी पब्बे थोड़ी सोच ते पैरां दे अगे ठोके। सत श्री अकाल सत्कारयोग पंजाबियो, अज असी उस इतिहासक पल दे हाली बने आ कि अज दे दिन बहुत यत्ना तो बाद, बहुत वड्डे संघर्ष तो बाद अज आखिरकार जिहड़ी सरबा फिल्म आ जिहड़ी शहीद आजम करतार सिंह सराभा जी की जीवन उत्ते आधारित वा जिहड़ी फिल्म उस दे उत्ते जिहड़े 18.5 साल की उम्र दे विच इस देश कौम की इस भारत की इज्जत की खातर अपनी जान कुरबान करके साडे लोग जिहड़े लोग कदे बाहरले मुल्कां दे विच जांदे सी उन्हां नूं माफ करियो। खासकर सिखा नूं बुढ़ी वाली औरत आख के बुलाया जाता सी, सानूं कुली आख के बुलाया जाता सीगा। साडे मनां दे विच अजिहा दीआं चीज़ां साडी इन्नी कु बेइज्जती कीती जांदी सी वी साडे कुछ लोग तां शर्म दे नाल चूड़ी भर नक्क दे विच डुब जांदे सी। पर अज उस योधे ने जिन्हां ने इस मुल्क की आजादी के लिए वड्डा घोल लड़िया, मैं एक गल इत्थे क्लीयर करदा, जे मियां मीर की छाउणी वाले दिन जे कृपाल सिंह मुला सिंह हुणी बेईमान ना होंदे तां इह उह योधा सी जिहड़ा कल्ला इस मुल्क नूं आजाद करवा सकदा सी। अज असीं KVA सिनेमा रायपुर दे विच पहुंचे हाँ, लेट हो के 10 बजे का शो जिहड़ा अंदर चल रहा, पर जिहड़ा 12 बजे का शो चलना वा उहदे कुछ दर्शक साडे नाल मौजूद रहे, असीं उहनां नाल ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ। ਪਰ ਅਸੀਂ ਬੇਨਤੀ ਇੱਥੇ ਕਰਦੇ ਵੀ ਆਪਣੇ ਨੇੜਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਇਹ ਫਿਲਮ ਦੇਖੋ, ਕਿ ਇਹ ਆਪਣੇ ਬੱਚਿਆਂ ਨੂੰ ਵੀ ਇਹ ਫਿਲਮ ਜ਼ਰੂਰ ਦਿਖਾਓ, ਆਖਿਰਕਾਰ ਉਹਨਾਂ ਨੂੰ ਪਤਾ ਲੱਗੇ ਕਿ ਕਰਤਾਰ ਸਿੰਘ ਸਰਾਭਾ ਹੈ ਕੀ ਸੀ। ਕਰਤਾਰ ਸਿੰਘ ਸਰਾਭਾ ਜਿਹੜਾ ਐਡਾ ਵੱਡਾ ਨਾਮ ਭਗਤ ਸਿੰਘ ਦਾ ਗੁਰੂ ਰਿਹਾ ਹੋਵੇ, ਭਗਤ ਸਿੰਘ ਨੂੰ ਐਡੇ ਵੱਡੇ ਪੱਧਰ ਦੇ ਉੱਤੇ ਪ੍ਰਮੋਟ ਕੀਤਾ ਕਰਨਾ ਚਾਹੀਦਾ ਸਾਡਾ, ਉਹਦੇ ਨਾਲ ਵੀ ਕੋਈ ਵੈਰ ਨਹੀਂ। ਪਰ ਅਸੀਂ ਇਹ ਕਹਿੰਦੇ ਕਿ ਅੱਜ ਭਗਤ ਸਿੰਘ ਦੇ ਉਸਤਾਦ ਕਰਤਾਰ ਸਿੰਘ ਸਰਾਭੇ ਦੇ ਨਾਲ ਵਿਤਕਰਾ ਕਿਉਂ ਕੀਤਾ ਸੀ। ਅੱਜ ਇਹ ਫਿਲਮ ਉਹ ਵਿਤਕਰੇ ਨੂੰ ਦੂਰ ਕਰੂਗੀ। ਮੈਂ ਦੋਸਤਾਂ ਦੇ ਨਾਲ ਗੱਲਬਾਤ ਵੀ ਕਰੂੰਗਾ, ਪਿੰਡ ਸਰਾਭੇ ਤੋਂ ਬਾਈ ਦੇਵੂਣੀ ਸਾਡੇ ਨਾਲ ਮੌਜੂਦ ਨੇ, ਬਾਈ ਨਾਲ ਗੱਲ ਕਰਾਂਗੇ। ਬਾਈ ਕਿਵੇਂ ਲੱਗਦਾ ਜੀ ਫਿਲਮ ਰਿਲੀਜ਼ ਹੋਈ ਆ, ਕੀ ਕਹਿਣਾ ਚਾਹੋਗੇ? ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਜੀ ਪੂਰੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜੀ। ਜਿਵੇਂ 3 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀਗੀ, ਉਸ ਵੇਲੇ ਜ਼ਰੂਰ ਨਿਰਾਸ਼ਾ ਹੱਥ ਲੱਗੀ ਸੀਗੀ, ਪਰ ਹੁਣ ਕੱਲ੍ਹ ਜਿਹੜੀ 9 ਨਵੰਬਰ ਨੂੰ ਅੱਜ ਜਾਣੇ ਦੀ ਫਿਲਮ ਇਹ ਚਾਲੂ ਹੋ ਰਹੀ ਆ ਪੂਰੇ ਭਾਰਤ ਵਿੱਚ, ਬਹੁਤ ਖੁਸ਼ੀ ਦੀ ਲਹਿਰ ਆ। ਅਤੇ ਜਿਹੜੀਆਂ ਸੰਗਤਾਂ ਨੇ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੀਆਂ ਨੇ, ਜਿਹੜੇ ਅਜੇ ਤੱਕ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਜਾਂ ਨਹੀਂ ਆਏ ਫਿਲਮੇ ਘਰਾਂ ਤੱਕ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਪਹਿਲਾਂ ਸੋ ਜਿਹੜਾ ਵਾ ਰੈਕੋਰਡ ਦੇ ਵਿੱਚ ਚਾਲੂ ਦਾ ਅੰਦਰ ਚੱਲ ਰਿਹਾ ਵਾ, ਅਤੇ ਜਿਹੜਾ ਹੁਣ 12 ਵਜੇ ਚੱਲਣਾ, ਅਸੀਂ ਵੀ ਲੇਟ ਹੋ ਗਏ ਸੀ ਥੋੜ੍ਹੇ ਜਿਹੇ, ਅਤੇ ਸਾਥੀਆਂ ਨੂੰ ਲੈ ਕਹਿੰਦੇ ਫਿਰਦੇ ਸੀਗੇ ਵੀ ਅੱਜ ਜ਼ਰੂਰ ਸਿਨੇਮੇ ਘਰਾਂ ਤੱਕ ਪਹੁੰਚੋ, ਅਤੇ ਹੁਣ ਜਿਹੜਾ 12 ਵਾਲਾ ਸੋ ਆ ਉਹ 12 ਰੈਕੋਰਡ ਦੇ ਵਿੱਚ ਚੱਲਣਾ, ਉਹਦੇ ਵਿੱਚ ਜ਼ਰੂਰ ਸਾਥੀ ਹੋਰ ਵੀ ਵੱਧ ਚੜ੍ਹ ਕੇ ਜਿਹੜੇ ਸਾਡੀ ਵੀਡੀਓ ਨੂੰ ਸੁਣ ਰਹੇ ਨੇ ਉਹ ਰੈਕੋਰਡ ਸਿਨੇਮੇ ਦੇ ਵਿੱਚ ਪਹੁੰਚਣ, ਤਾਂ ਜੋ ਜਿਹੜਾ ਸਾਡੇ ਅਮਰ ਸ਼ਹੀਦ ਨੇ ਸਿਰਫ 19.5 ਸਾਲਾਂ ਦੀ ਉਮਰ ਵਿੱਚ ਜਿਨ੍ਹਾਂ ਨੇ ਦੇਸ਼ ਤੋਂ ਜਾਨ ਨਿਸਾਬਰ ਕੀਤੀ ਆ, ਅਸੀਂ ਵੈਸੇ ਤਾਂ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਉਤਾਰ ਨਹੀਂ ਸਕਦੇ ਹੈਗੇ, ਪਰ ਉਹਨਾਂ ਨੂੰ ਫਿਲਮ ਦੇਖ ਕੇ ਜਿਨ੍ਹਾਂ ਨੇ ਵੱਡਾ ਉਪਰਾਲਾ ਕੀਤਾ ਕਵੀ ਰਾਜ ਜੀ ਨੇ, ਸ਼ਹੀਦਾਂ ਨੂੰ ਇਹ ਸ਼ਰਧਾ ਦੇ ਫੁੱਲ ਜ਼ਰੂਰ ਭੇਟ ਹੋਣਗੇ। ਜਿਵੇਂ 16 ਨਵੰਬਰ ਨੂੰ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ, ਜਿਹੜਾ ਬੜੇ ਹੀ ਸ਼ਰਧਾ ਦੇ ਨਾਲ ਪਿੰਡ ਸਰਾਭੇ ਦੇ ਵਿੱਚ ਸੰਗਤਾਂ ਵੱਲੋਂ ਸਮੁੱਚੀਆਂ ਪੂਰੇ ਪੰਜਾਬ ਦੀਆਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਵਾ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਬਕਾਇਦਾ ਪਹੁੰਚ ਰਹੇ ਨੇ, ਅਸੀਂ ਉਹ ਵੀ ਧੰਨਵਾਦ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਵੀ ਬਕਾਇਦਾ ਇਸ ਫਿਲਮ ਦੇ ਲਈ ਕੱਲ੍ਹ ਹਾਦਾ ਨਾਰਾ ਮਾਰਿਆ ਸੀ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਨੇ ਸਾਡੇ, ਅਸੀਂ ਉਹਨਾਂ ਦਾ ਵੀ ਇਸ ਵੀਡੀਓ ਰਾਹੀਂ ਧੰਨਵਾਦ ਕਰਦੇ ਹਾਂ। ਹੋਰ ਵੀ ਹਲਕਾ ਦਾਕਾ ਦੇ ਮੰਤਰੀ ਤਿਆਰੀ, ਹੋਰ ਵੀ ਜਿੰਨੇ ਵੀ ਸਾਡੇ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਭਾਰਤੀ ਨੌਜਵਾਨ ਸਭਾ, ਤਾਂ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਾਭਾ ਫਿਲਮ ਦੇ ਉੱਤੇ ਜਦੋਂ ਰੋਕ ਲੱਗੀ ਸੀ, ਸਾਰੇ ਘਰਾਂ ਤੋਂ ਬਾਹਰ ਨਿਕਲੇ ਸੀ, ਉਹਨਾਂ ਨੇ ਹਾਦਾ ਨਾਰਾ ਮਾਰਿਆ ਸੀ, ਉਹਨਾਂ ਦੇ ਇਸ ਸੰਘਰਸ਼ ਦੇ ਚੱਲਦੇ ਆ ਫਿਲਮ ਪੂਰੀ ਤਰ੍ਹਾਂ ਹਰੀ ਝੰਡੀ ਮਿਲ ਚੁੱਕੀ ਆ, ਸਿਨੇਮਿਆਂ ਵਿੱਚ ਲੱਗ ਚੁੱਕੀ ਆ, ਹੁਣ ਕਮੀ ਸਾਡੇ ਵਿੱਚ ਨਾ ਰਹਿ ਜਾਵੇ ਕਿਤੇ ਕਿ ਸਰਾਭਾ ਜੀ ਦੀ ਮਹਾਨ ਸ਼ਹੀਦ ਕਰਤਾਰ ਸਰਾਭਾ ਬਾਲਾ ਜਰਨੈਲ ਦੀ ਜਿਹੜੀ ਫਿਲਮ ਆ, ਉਹਨਾਂ ਦੀ ਜਿਹੜੀ ਜੀਵਨੀ ਆ, ਗਦਰੀ ਬਾਬਿਆਂ ਦਾ ਕੀਤਾ ਸੰਘਰਸ਼ ਆ, ਉਹ ਹਰ ਇੱਕ ਨੂੰ ਜਾਣੂ ਹੋਣਾ ਚਾਹੀਦਾ। ਆਪ ਜੀ ਦੀ ਵੀਡੀਓ ਰਾਹੀਂ ਮੈਂ ਇੱਕ ਗੱਲ ਹੋਰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸਾਡੇ ਨੌਜਵਾਨ ਨੇ, ਸਕੂਲਾਂ ਦੇ ਬੱਚੇ ਨੇ, ਸਾਡੀਆਂ ਧੀਆਂ ਨੇ, ਉਹਨਾਂ ਨੂੰ ਜ਼ਰੂਰ ਕਿ 19.5 ਸਾਲਾਂ ਦਾ ਬਾਬਾ ਸਰਾਭਾ ਕਿੱਦਾਂ ਦੇਸ਼ ਲਈ ਕੁਰਬਾਨ ਹੁੰਦੇ ਨੇ, ਕਮੇ ਹੱਸ ਫਾਂਸੀ ਤੇ ਚੜ੍ਹਦੇ ਨੇ ਸਿਹ ਸਾਥੀਆਂ ਦੇ ਨਾਲ, ਜ਼ਰੂਰ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਸਾਰੇ ਬੀਬੀਆਂ ਭਾਈਆਂ ਨੂੰ ਅਪੀਲ ਹੈ ਕਿ ਉਹ ਆਪਣੇ ਸਿਨੇਮੇ ਘਰਾਂ ਤੱਕ ਪਹੁੰਚਣ। ਜਿਹੜੇ ਰੈਕੋਰਡ ਦੇ ਨੇੜੇ ਨਜ਼ਦੀਕ ਪਿੰਡਾਂ ਦੇ ਲੋਕ ਨੇ, ਉਹ ਰੈਕੋਰਡ ਸੁੰਦਰ ਅਲੀਸ਼ਾਨ ਇਹਨਾਂ ਨੇ ਇੱਥੇ ਸਿਨੇਮਾ ਘਰ ਬਣਾਇਆ ਹੋਇਆ, ਜ਼ਰੂਰ ਆਪਣੀ ਹਾਜ਼ਰੀ ਇੱਥੇ ਭਰੋ, ਸਰਾਭਾ ਜੀ ਨੂੰ ਸੱਚੀ ਸ਼ਰਧਾਂਜਲੀ ਦਿਓ ਜੀ। ਜੀ 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 ਬਾਈ, ਬਹੁਤ ਸੋਹਣੀਆਂ ਗੱਲਾਂ ਵੀ।
मेन रोल ये कर रहा वा जिहड़े कविराज इस फिल्म के डायरेक्टर ने उन्हां वल्लों सोहण सिंह भकना जी का जिहड़ा रोल निभाया जा रहा है जी असी उही गल करदे आ ना भी देखो भी एडा वड्डा जिहड़ा रोल वा एडी वड्डी मूवी आ उह आखिरकार सिनेमेघरां दे विच बड़ी मशहूरता दे नाल आ गई। वीर जी साडे नाल मौजूद ने, बाई जी किवें लगदा वा एडी वड्डी फिल्म रिलीज़ हुई आ, की कहना चाहोगे, की ने मन दे बंदे? बहुत ही बहुत बहुत वधिया लग रहा, बहुत खुशी हुई आ जी। साडी सारयां नूं बेनती आ कि अपने बच्चियां नूं सारे जणे ना जरूर फिल्म दिखाओ। देखो सरबा ही ने अपने कले पंजाब खातर कुर्बानी नहीं कीती, अपनी इंडिया खातर कुर्बानी कीती आ, अपना कले पंजाबियां नहीं सारे ही अपने हिंद वासियां दा फर्ज बनदा कि अपना सारे जने जरूर फिल्म देखो। देखो एक भगत सिंह ने सौंग आया सीगा, दावे दौर च पंजाब पिछे रह गया, भगत सिंह आ गया, सराबा कित्थे आ गया, हुण अपने सराबा जी भी आ गए ने, सराबा इत्थे ही अपने बच्चे ने सराबा जी, तुहानूं हत्थ मार के बेनती आ राजवीर किवें की कहना चाहेगा मूवी लगी आ? मतलब मैं तो तेनूं पहली गल यही पुछूंगा ना, पिंड केड़ा बाई दा पिंड ओह भी दस्सियो, ते आपां अंदर गल भी कर रहे सी पिंड दा की रोल रहा वा, छोटे शब्दां दे विच आपां गल उह छेदी नवेड़ दिओ। ठीक है जी, अपने अज रायकोट सलमे दे विच पहुंचा राजवीर सिंह लोटबद्दी तो बोलदा, छोटी उम्र दे विच पिंड लोहटबद्दी गदर पार्टी ते बाकी गदरी बाबिया ने बंबा दी फैक्टरी लाई सी, ते बहुत सानू खुशी वाली गल आ भी आने वाली पीढ़ी नू पता लगे भी करतार सिंह सराबा जी दी किडनी किड्डी जीवनी आ, उन्हां दी एक जीवनी ते एक फिल्म आई आ शहीद करतार सिंह सराबा, ये फिल्म अपने बच्चियां नू जरूर दिखाओ ते अपनियां भैणां नू। बहुत खुशी वाली गल अज रायकोट पहुंचे आ ते कुछ लेट हो गए कई पिंडां दे विच, असीं कहा वा फिल्म भी जरूर देखो जाके, इस करके भी 10 वाला शो चलता वा, हुण असीं 12 वाला शो देखांगे, इस करके सानू बहुत खुशी वाली गल आ। बच्चे आए ने, ਇਹ ਵੀ ਛੋਟਾ ਬੱਚਾ ਆਇਆ ਵਾ ਆਪਣੇ ਲੋਟਬੰਦੀ ਤੋਂ, ਇਹਨੇ ਸਪੈਸ਼ਲ ਛੁੱਟੀ ਕੀਤੀ ਆ, ਕਹਿੰਦਾ ਚਾਚਾ ਜੀ ਮੈਨੂੰ ਇਤਿਹਾਸ ਦਾ ਪਤਾ ਲੱਗੇ ਵੀ ਕਰਤਾਰ ਸਿੰਘ ਸਰਾਭੇ ਦੀ ਕਿੱਡੀ ਕਰਵਾਣੀ ਜੀ। ਬਿਲਕੁਲ ਬਿਲਕੁਲ, ਇਸ ਕਰਕੇ ਰਾਜ ਸਿੰਘ ਲੋਟਬੰਦੀ ਤੋਂ ਬੋਲਦਾ ਜੀ। ਜੀ ਬਾਈ ਬਾਈ, ਇੱਕ ਇਹਦੇ ਵਿੱਚ ਨਾ ਮੈਂ ਹੋਰ ਅਪਡੇਟ ਦੇਦਾ ਵੀ ਜਿਹੜੇ ਬਜ਼ੁਰਗ ਨੇ ਅਸਲ ਦੇ ਵਿੱਚ ਜਿਹੜੇ ਵਾਰਸ ਨੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ, ਕਹਿੰਦੇ ਕਿ ਮਾਮਾ ਜੀ ਦੇ ਅੱਗੇ ਪੋਤੇ ਨੇ, ਉਹ ਵੀ ਇੱਥੇ ਮੂਵੀ ਦੇਖਣ ਪਹੁੰਚੇ ਆ। ਬਾਪੂ ਪਹਿਲੀ ਵਾਰ ਕਿਸੇ ਬੰਦੇ ਨੇ ਚੰਗੀ ਕੋਸ਼ਿਸ਼ ਕੀਤੀ ਆ ਸ਼ਹੀਦਾਂ ਦਾ ਨਾਮ ਉਰੇ ਲੈ ਕੇ ਆਇਆ, ਕਿਵੇਂ ਲੱਗਦਾ? ਬਹੁਤ ਚੰਗੀ ਗੱਲ ਆ ਜੀ, ਬਹੁਤ ਵਧੀਆ ਜੀ, ਬਹੁਤ ਉਮਰ ਚ ਬਹੁਤ ਚੰਗੀ ਕੰਮ ਕਰ ਰਹੇ ਨੇ ਜੀ। ਹਾਂ, ਸਰਾਭਾ ਸਿੰਘ ਨੇ ਛੋਟੀ ਉਮਰ ਚ ਕੰਮ ਕਰਿਆ, ਬਹੁਤ ਸਭ ਦੇ ਨਾਲ ਪਤਾ ਲੱਗਦਾ, ਸਾਰੀਆਂ ਬਹੁਤ ਕੁਰਬਾਨੀਆਂ ਕਰੀਆਂ ਨੇ ਜੀ ਸਾਰੇ ਜੀ। ਜੀ 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 ਜੀ, ਧੰਨਵਾਦ ਬਾਈ ਜੀ। ਸੋ ਬਾਈ, ਆਖਿਰਕਾਰ ਅਸੀਂ ਆਖਰੀ ਲੰਮਿਆਂ ਦੇ ਉੱਤੇ ਆਉਂਦੇ ਹਾਂ, ਬਾਈ ਕਾਲੇ ਕਿਵੇਂ ਲੱਗਦਾ ਜੀ? ਬਾਈ ਕਾਲਾ ਸਾਡੇ ਪਿੰਡੋਂ ਬਾਈ ਵੀ ਮੌਜੂਦ ਆ, ਬਾਈ ਕਿਵੇਂ ਲੱਗਦਾ ਏਡੇ ਵੱਡੇ ਸਰਤਾਜ ਸਾਡੀ ਕੌਮ ਦੇ ਲਾ ਲਈਏ, ਵੀ ਅੱਜ ਕੱਲ੍ਹ ਜਵਾਕਾਂ ਨੂੰ ਪਤਾ ਹੀ ਨਹੀਂ ਵੀ ਸਰਾਭਾ ਕੌਣ ਆ, ਤਾਂ ਕਿਤੇ ਨਾ ਕਿਤੇ ਜਿਹੜੀ ਇਹ ਫਿਲਮ ਆ ਇਹ ਸਾਬਤ ਹੋਊਗੀ ਉਸ ਬੱਚੇ ਦੇ ਜ਼ਹਿਨ ਦੇ ਵਿੱਚ, ਕਰਤਾਰ ਸਿੰਘ ਸਰਾਭਾ ਨੂੰ ਵਸਾ ਸਕੂਗੀ? ਹਾਂਜੀ, ਦੇਖੋ ਜੀ, ਬਹੁਤ ਖੁਸ਼ੀ ਦੀ ਗੱਲ ਆ ਜੀ, ਨਵੀਂ ਜਨਰੇਸ਼ਨ ਨੂੰ ਇੱਕ ਜੀ ਸਿਉਲ ਦੇਣ ਵਾਲੀ ਗੱਲ ਆ ਜੀ, ਨਵੀਂ ਜਨਰੇਸ਼ਨ ਮੋਬਾਈਲਾਂ ਦੇ ਵਿੱਚ ਪੈ ਗਏ ਜਾਂ ਹੋਰ ਨਸ਼ੇ ਪੱਤਿਆਂ ਦਾ ਪੈ ਕੇ ਜੀ ਆਪਦਾ ਜਵਾਨੀ ਦਾ ਘਾਣ ਕਰ ਰਹੇ ਆ। ਸਰਾਭਾ ਜੀ ਦੀ ਫਿਲਮ ਜਿਹੜੀ ਕਵੀਰਾਜ ਜੀ ਨੇ ਬਣਾਈ ਆ ਬਹੁਤ ਵਧੀਆ ਬਣਾਈ ਆ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਦੇ ਸਕੂਲਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਦਿਖਾਓ ਤਾਂ ਜੋ ਨੌਜਵਾਨਾਂ ਨੂੰ ਕੁਛ ਉਤਸ਼ਾਹ ਮਿਲੇ ਵੀ ਸਾਡੇ ਸ਼ਹੀਦਾਂ ਨੇ ਸਾਡੇ ਲਈ ਕੀ ਕੀਤਾ। ਅਸੀਂ ਬਹੁਤ ਹੀ ਪੁਰਜ਼ੋਰ ਮੀਟਿੰਗਾਂ ਕਰਦੇ ਹਾਂ ਵੀ ਸਾਰੇ ਸਕੂਲਾਂ ਦੇ ਬੱਚੇ ਆਉਣ ਅਤੇ ਮਾਪੇ ਨਾਲ ਆਉਣ ਬੱਚਿਆਂ ਨੂੰ ਦਿਖਾਉਣ ਲਈ। ਜੀ 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 ਬਾਈ, ਬਾਈ ਨੇ ਵੱਡੀ ਵੱਡੀ ਗੱਲ ਕਹੀ ਆ, ਬਾਈ ਨੇ ਕਿਹਾ ਵਾ ਵੀ ਮੈਂ ਸਕੂਲਾਂ ਨੂੰ ਬੇਨਤੀ ਕਰਦਾ, ਮੈਂ ਇੱਥੇ ਇਹ ਬੇਨਤੀ ਕਰਦਾ, ਮੈਂ ਜਿਹੜੇ ਇਸ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਤੁਸੀਂ ਹਮੇਸ਼ਾ ਇੱਕ ਗੱਲ ਕਹਿ ਰਹੇ ਹੋ ਕਿ ਮੈਂ ਭਗਤ ਸਿੰਘ ਨੂੰ ਆਪਣਾ ਆਈਡਲ ਮੰਨਦਾ ਵਾਂ, ਚੰਗੀ ਗੱਲ ਆ, ਮੰਨਣਾ ਵੀ ਚਾਹੀਦਾ ਵਾ ਕਿਸੇ ਐਕਸ ਵਾਈ ਜ਼ੈਡ ਨੂੰ, ਕਿਸੇ ਰਾਜਨੀਤਿਕ ਬੰਦੇ ਨੂੰ ਆਪਣਾ ਆਈਡਲ ਮੰਨਣ ਨਾਲੋਂ, ਕਿਸੇ ਹੋਰ ਬੰਦੇ ਨੂੰ ਆਪਣਾ ਆਈਡਲ ਮੰਨਣ ਨਾਲੋਂ, ਜਿਹੜਾ ਬੰਦਾ ਆਪਣੇ ਸ਼ਹੀਦਾਂ ਨੂੰ ਆਈਡਲ ਮੰਨਦਾ ਬਹੁਤ ਚੰਗੀ ਗੱਲ ਆ, ਬੜੀ ਦੁੱਖ ਦੀ ਗੱਲ ਆ। ਪਰ ਮੈਂ ਮਾਨ ਸਾਹਿਬ ਤੁਹਾਨੂੰ ਇਹ ਬੇਨਤੀ ਕਰਦਾ ਵਾਂ, ਤੁਹਾਡੇ ਉੱਤੇ ਸਾਡੀ ਜਿਹੜੀ ਨਜ਼ਰ ਗੜਾ ਕੇ ਰੱਖੀ ਹੋਈ ਆ ਅਸੀਂ ਲੰਬੇ ਸਮੇਂ ਦੇ ਉੱਤੋਂ, ਪਹਿਲੀ ਗੱਲ ਤਾਂ ਤੁਸੀਂ ਇਸ ਫਿਲਮ ਦੇ ਉੱਤੇ ਅੱਜ ਤੀਕਰ ਹੁਣ ਤੀਕਰ ਕੁਛ ਵੀ ਨਹੀਂ ਬੋਲੇ, ਕਿਰਪਾ ਕਰਕੇ ਇਹ ਫਿਲਮ ਤੁਹਾਡੇ ਆਈਡਲ ਦੇ ਆਈਡਲ ਦੀ ਫਿਲਮ ਆ, ਸ਼ਹੀਦ ਭਗਤ ਸਿੰਘ ਜੀ ਦੇ ਉਸਤਾਦ ਕਰਤਾਰ ਸਿੰਘ ਸਰਾਭਾ ਜੀ ਦੀ ਫਿਲਮ ਆ, ਕਿਰਪਾ ਕਰਕੇ ਇਸ ਫਿਲਮ ਨੂੰ ਜ਼ਰੂਰ ਦੇਖੋ ਅਤੇ ਆਪਣਾ ਜਿਹੜਾ ਰਿਵਿਊ ਆ ਉਹ ਲੋਕਾਂ ਮੂਹਰੇ ਰੱਖੋ। ਮੈਂ ਦੂਸਰੀ ਬੇਨਤੀ ਇਹ ਕਰਦਾ, ਅਸੀਂ ਜਦੋਂ ਚਾਰ ਸਾਹਿਬਜ਼ਾਦੇ ਮੂਵੀ ਲੱਗੀ ਸੀਗੀ ਜਾਂ
कोई भी मूवी लगी सी तां इह हुंदा सी वी असीं स्कूलां नूं इह गल्लां लाजमी करतियां सीगियां वी भाई जिहड़ा वा तुसीं इह बच्चिआं नूं फिल्म दिखाओ। मैं इत्थे वी इह बेनती करदा वी अज पंजाब सरकार नूं चाहीदा, साडे जिहड़े सिक्ख्या मंत्री ने हरजोत सिंह बैंस उन्हां नूं इह चाहीदा वा कि जिहड़ी इह फिल्म आ इस हरेक स्कूल दे बच्चे नूं लाजमी करो तां जो बच्चिआं नूं पता लग सके कि आखिरकार करतार सिंह सराभा कौण आ। मैं जाणा लग्गिआ इक बेनती होर करदा, जिहड़े भी पिंड दे बंदे आ चंगी रोटी पए होए आ, कहण दा भाव सरकारी नौकरियां ते बैठे आ, बई जी जे तुसीं 160 रुपए दी उहदे टिकट लगदी आ, जे तुसीं 100 बंदे नूं भी अपनी टिकट लै दोगे तां बड़ा फर्क नहीं पैणा, 16,000 रुपए का खर्च होना, तुसीं उह भी छड्डो, जे 10 नूं लै दोगे तां 1600 रुपए का खर्चा होना वा। मैं इन्हां दे भरावां नूं भी बेनती करदा भी तुसीं वड्डे पद्धर उत्ते सपोर्ट कर रहे हो, सानूं पता वा तुसीं काफ़ी स्कूलों के बच्चों को अडोप्ट भी किया वा, पर जिहड़े पिंडां दे स्कूल रहिंदे आ मैं उह इन्हां दे भरावां नूं बेनती करदा ते पिंड दे चंगे लोगों ने बेनती करता भी आपके पिंडा नूं टिकटां लैके जिहड़ियां फिल्मां ने जरूर दिखाओ तां जो शहीदां दे जिहड़े सरताज ने साडे शहीद करतार सिंह सराभा जिन्हां ने इस मुल्क दे विच आजादी का बीज बोया उन्हां दी जीवनी दे आधार ते फिल्म जरूर देखी जाए। इन्नियां ही बेनतियां ने साडे नाल बाई जी हुणी ने बजुर्ग बाई ने उन्हां नाल भी असीं दो गल्लां करांगे। बाई जी किवें लगदा वा, मैं छेती गल्लां नबेड़नियां चाहुंदा, किवें लगदा वा पहली बार कोशिश हुई आ करतार सिंह सराभा जी दे उत्ते फिल्म बणी आ, किवें किवें देखदे हो? हाँ जी बहुत वधिया फिल्म है जी, 3 नवंबर नूं फिल्म लगनी सी जी, सानूं बहुत चाह सी फिल्म देखण दा, किसे रुकावट जाने कि फिल्म नहीं लग सकी हैगी, अज हुण 9 तरीक नूं रैकवर्ड सिनेमे दे विच फिल्म देखण आए हां, सानूं बहुत चाह वा फिल्म देखण दा जी, सानूं चाहीदा वा अपने बच्चिआं नूं फिल्म जरूर दिखाउणी चाहीदी है जी। ਧੰਨਵਾਦ ਜੀ। ਇਨਕਲਾਬ ਜ਼ਿੰਦਾਬਾਦ, ਸ਼ਹੀਦੇ ਆਜ਼ਮ ਕਰਤਾਰ ਸਿੰਘ ਸਰਾਭਾ ਤੁਹਾਡੀ ਸੋਚ ਤੇ, ਬਹੁਤ ਬਹੁਤ ਧੰਨਵਾਦ ਜੀ। ਇਨਕਲਾਬ ਜ਼ਿੰਦਾਬਾਦ।